ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਕਿ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਰ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਪੰਜਾਬ ਦੀ ਆਬੋ ਹਵਾ ਦੇ ਵਿੱਚ ਸਾਹ ਲੈਣੇ ਆ ਇਸ ਕਰਕੇ ਬੇਸ਼ੱਕ ਸਭ ਦਾ ਧਿਆਨ ਇਸ ਵਕਤ ਚੋਣਾਂ ਦੇ ਵੱਲ ਕੇਂਦਰਿਤ ਹੋ ਕੇ ਰਹਿ ਗਿਆ ਪਰ ਫਿਰ ਵੀ ਗਾਹੇ-ਬਗਾਹੇ ਜੋ ਕੁਝ ਹੋਰ ਪਾਸੇ ਵਾਪਰਦਾ ਉਹਦਾ ਵੀ ਜ਼ਿਕਰ ਕਰਨਾ ਜ਼ਰੂਰ ਬਣਦਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਅਸਫਲ ਹੋਈ ਜਿਹੜੀ ਤੇ ਉਸ ਤੋਂ ਬਾਅਦ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਕਈ ਲੋਕਾਂ ਦੇ ਵੱਲੋਂ ਲਾਂਗੜ ਚੱਕਿਆ ਗਿਆ ਦੁੱਖ ਹੋਇਆ ਇਸ ਗੱਲ ਦੇ ਉੱਤੇ ਕੋਈ ਪੰਜਾਬ ਦੇ ਬਾਰੇ ਕਿਹੋ ਜੀ ਸ਼ਬਦਾਵਲੀ ਵਰਤਦਾ ਕੋਈ ਪੰਜਾਬ ਨੂੰ ਕੋਈ ਨਹੋਰਾ ਮਾਰੀ ਜਾਂਦਾ ਕੋਈ ਉਲਾਂਬਾ ਦੇਈ ਜਾਂਦਾ ਇਸੇ ਦਰਮਿਆਨ ਵਿਵਾਦਾ ਦੇ ਵਿੱਚ ਰਹਿਣ ਵਾਲੀ ਕੰਗੜਾ ਨਨੌਤ ਦੇ ਵੱਲੋਂ ਪੰਜਾਬ ਦੇ ਮੁਤਲਕ ਇੱਕ ਬਹੁਤ ਮੰਦੜੀ ਸ਼ਬਦਾਵਲੀ ਵਰਤੀ ਗਈ ਆ ਉਹ ਪਹਿਲਾਂ ਵੀ ਬੜੀ ਵਰਤਨੀ ਰਹੀ ਆ ਇੱਕ ਦਿਨਾਂ ਔਰਤਾ ਨੇ ਘੇਰਿਆ ਵੀ ਸੀ ਚੰਡੀਗੜ੍ਹ 에어ਪੋਰਟ ਦੇ ਵੱਲ ਉਸ ਦਿਨ ਉਥੋਂ ਨਿਕਲੀ ਬਾਅਦ ਵਿੱਚ ਕਹਿੰਦੀ ਮੈਂ ਤਾਂ ਮਾਫੀ ਮੰਗੀ ਨਹੀਂ ਕਰਨ ਦਾ ਭਾਵ ਇਹ ਹੈ ਕਿ ਉਹਦਾ ਵਿਵਾਦਾਂ ਦੇ ਨਾਲ ਗੁੱਤ ਤੇ ਪਰਾਂਦੇ ਵਾਲਾ ਰਿਸ਼ਤਾ ਹੁਣ ਉਹਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕੀ ਸੁਰੱਖਿਆ ਨਹੀਂ ਹੋਈ ਪ੍ਰਧਾਨ ਮੰਤਰੀ ਸਾਹਿਬ ਕੋ ਖਤਰਾ ਪੈਦਾ ਹੋਇਆ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਅੱਤਵਾਦੀਆਂ ਦਾ ਗੜ ਬਣ ਰਹਾ ਹੈ ਮਤਲਬ ਉਹਦੀ ਨਜ਼ਰ ਦੇ ਵਿੱਚ ਇਹ ਹੈ ਕਿ ਇਸ ਵਕਤ ਪੰਜਾਬ ਅੱਤਵਾਦੀਆਂ ਦਾ ਗੜ ਬਣਦਾ ਜਾ ਰਿਹਾ ਪੰਜਾਬ ਦੇ ਲੋਕ ਅੱਤਵਾਦੀ ਹੈ ਪੰਜਾਬ ਦੇ ਲੋਕ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਆ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਉਹ ਖਤਰਨਾਕ ਸਾਬਤ ਹੋ ਰਹੇ ਆ ਜਦ ਕਿ ਉਹਨੂੰ ਇਸ ਗੱਲ ਦੀ ਅਕਲ ਨਹੀਂ ਕਿ ਇਨ੍ਹਾਂ ਪੰਜਾਬੀਆਂ ਦੇ ਸਿਰ ਤੇ ਸਦਕਾ ਹੀ ਹੁਣ ਤੱਕ ਸਾਰੀਆਂ جنگਾਂ ਜਿੱਤੀਆਂ ਹੁਣੇ-ਹੁਣੇ ਜੰਗ ਜਿੱਤੀ ਆ 380 ਦਿਨਾਂ ਬਾਅਦ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ ਆਜ਼ਾਦੀ ਦੇ ਸੰਗਰਾਮ ਚ ਦਿੱਤੀਆਂ ਤੇ ਅੱਜ ਤੱਕ ਕਿੰਨੀਆਂ ਕੁਰਬਾਨੀਆਂ ਪੰਜਾਬੀ ਦੇ ਰਹੇ ਆ ਇਹਦੇ ਬਾਬਤ ਕਿਸੇ ਨੂੰ ਦੱਸਣ ਤੇ ਪੁੱਛਣ ਦੀ ਲੋੜ ਨਹੀਂ ਲੱਕੜ ਦੇ ਘੋੜੇ ਤੇ ਬੈਠ ਕੇ 对。 ਰਾਣੀਆਂ ਦਾ ਰਤਬਾ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਤੇ ਲੜਾਈਆਂ ਕਰਨੀਆਂ ਫਿਲਮਾਂ ਦੇ ਵਿੱਚ ਇਹ ਕੰਮ ਸੌਖਾ ਪਰ ਜ਼ਮੀਨ ਦੇ ਉੱਤੇ ਰਹਿ ਕੇ ਕੁਝ ਕਰ ਦਿਖਾਉਣਾ ਆਪਣੇ ਦੇਸ਼ ਲਈ ਆਪਣੇ ਸੂਬੇ ਦੇ ਲਈ ਉਹ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਹਿੱਸੇ ਦੇ ਵਿੱਚ ਆਇਆ ਪਰ ਪੰਜਾਬੀਆਂ ਦੇ ਜੋ ਹਿੱਸੇ ਦੇ ਵਿੱਚ ਆਇਆ ਇਹਨੂੰ ਵੀ ਅਸੀਂ ਘਟਾ ਕੇ ਵੇਖ ਨਹੀਂ ਸਕਦੇ ਚੰਗੀ ਗੱਲ ਆ ਕਿ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਉੱਤਰ ਵੀ ਦਿੱਤਾ ਪਰ ਕੰਗੜਾ ਰਣੌਤ ਤੇ ਉਹਦੇ ਵਰਗੇ ਕੁਝ ਕੁ ਹੋਰ ਲੋਕ ਹਕੂਮਤ ਦੇ ਪੱਖ ਦੇ ਵਿੱਚ ਬੁੱਲਣ ਵਾਲੇ ਜਾਂ ਢੋਲੀ ਦੇ ਵਿੱਚ ਬੈਠ ਕੇ ਟਾਰਾ ਮਾਰਨ ਵਾਲੇ ਜੋ ਪੰਜਾਬ ਨੂੰ ਬਦਨਾਮ ਕਰ ਰਹੇ ਆ ਉਹਨਾਂ ਨੂੰ ਲੱਖ ਲਾਣਤਾ ਪੈਰਣ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਆ ਪਰ ਇਹਨਾਂ ਨੇ ਕੋਈ ਨਾ ਕੋਈ ਨਵੀਂ ਸ਼ੁਰੂਲੀ ਛੱਡ ਦੇਣੀ ਆ ਫਿਰ ਸਭ ਦਾ ਧਿਆਨ ਉਧਰਲੇ ਪਾਸੇ ਨੂੰ ਕੇਂਦਰਿਤ ਹੋ ਜਾਣਾ ਭਾਰਤ ਦੇ ਵਿੱਚ ਓਮੀਕਰੋਨ ਦਾ ਕੈਰ ਇੱਕ ਵਾਰ ਫਿਰ ਵਧ ਰਿਹਾ ਕਹਿਣ ਦਾ ਭਾਵ ਇਹ ਆ ਕਿ ਇਸ ਵੇਲੇ ਭਾਰਤ ਦੇ ਵਿੱਚ ਜਦੋਂ ਕਿਸਾਨੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਲੰਗੇ ਕੱਲ ਦੀ ਜੇਕਰ ਮੈਂ ਕੱਲੇ ਲੰਗੇ ਕੱਲ ਦੀ ਗੱਲ ਕਰਾਂ ਤਾਂ ਭਾਰਤ ਦੇ ਵਿੱਚ 1.5 ਲੱਖ ਦੇ ਕਰੀਬ ਕੋਰੋਨਾ ਦੇ ਨਵੇਂ ਕੇਸ ਆਏ ਆ ਇਹ ਅੰਕੜਾ ਬਹੁਤ ਖਤਰਨਾਕ ਆ ਇਹ ਅੰਕੜਾ ਛੋਟਾ ਨਹੀਂ ਆ ਇਸ ਅੰਕੜੇ ਤੋਂ ਬਾਅਦ ਜਦੋਂ ਹੁਣ ਚੋਣ ਜ਼ਾਬਤਾ ਲੱਗਾ ਤਾਂ ਪੰਜਾਬ ਸਮੇਤ ਪੰਜ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਰੈਲੀਆਂ ਦੇ ਉੱਤੇ ਉਹਦੇ ਵਿੱਚ ਇਕੱਠ ਕਰਨ ਦੇ ਉੱਤੇ ਪੈਦਲ ਮਾਰਚ ਦੇ ਉੱਤੇ 15 ਜਨਵਰੀ ਤੱਕ ਰੋਕ ਲਾਈ ਗਈ ਹੈ। ਮਤਲਬ ਇਹ ਵੀ ਕੋਰੋਨਾ ਹੈ ਸਰਕਾਰ ਤੇ ਚੋਣ ਜ਼ਾਬਤਾ ਲਾਉਣ ਵਾਲਾ ਕਮਿਸ਼ਨ ਇਸ ਗੱਲ ਨੂੰ ਮੰਨ ਚੁੱਕਿਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਇਸ ਕੋਰੋਨਾ ਦੇ ਕਰਕੇ ਲੋਕ ਫਿਰ ਆਵਾਜ਼ਾਰ ਹੋ ਰਹੇ ਆ। ਬਿਹਾਰ ਦੇ ਮਜ਼ਦੂਰਾਂ ਦੀ ਗੱਲ ਕਰੀਏ ਅਸੀਂ ਯੂਪੀ ਦੇ ਮਜ਼ਦੂਰਾਂ ਦੀ ਗੱਲ ਕਰਗੇ ਹੋਰ ਵੱਖ-ਵੱਖ ਥਾਵਾਂ ਦੇ ਮਜ਼ਦੂਰਾਂ ਦੀ ਗੱਲ ਕਰਗੇ ਉਹ ਇਹ ਗੱਲ ਕਹਿੰਦੇ ਆ ਕਿ ਪਹਿਲਾਂ ਸਾਡਾ ਆਰਥਿਕ ਤੌਰ ਦੇ ਉੱਤੇ ਲੱਕ ਟੁੱਟਿਆ ਹੋਇਆ ਜੇਕਰ ਫੇਰ ਲੋਕਡਾਊਨ ਲੱਗ ਜਾਂਦਾ ਭਾਰਤ ਦੇ ਵਿੱਚ ਸਾਡੇ ਪੱਲੇ ਕੁਝ ਨਹੀਂ ਰਹਿਣਾ ਸਾਡੇ ਕੋਲੇ ਖਾਣ ਦੇ ਲਈ ਵੀ ਕੁਝ ਨਹੀਂ ਹੈ ਅਸੀਂ ਕੀ ਕਰਾਂਗੇ ਅਸੀਂ ਕਿਵੇਂ ਬੱਚੇ ਪਾਲਾਂਗੇ ਅਸੀਂ ਕਿਵੇਂ ਘਰ ਨੂੰ ਤੋੜਾਂਗੇ ਅਸੀਂ ਪਿੰਡ ਨੂੰ ਕੀ ਭੇਜਾਂਗੇ ਅਸੀਂ ਆਪਲੀੜੇ ਤੇੜੇ ਕੀ ਪਹਿਨਾਂਗੇ ਸੋ ਉਹਨਾਂ ਦੀਆਂ ਵਿਚਾਰਿਆਂ ਦੀਆਂ ਮਜਬੂਰੀਆਂ ਆਪਣੀ ਥਾਂ ਦੇ ਉੱਤੇ ਸਹੀ ਹੈ ਇਹ ਗੱਲ ਗਲਤ ਨਹੀਂ ਹੈ ਉਸ ਤੋਂ ਅਗਲੀ ਗੱਲ ਇਹ ਆ ਕਿ ਫਿਲਮਾਂ ਦੇ ਉੱਤੇ ਫੇਰ ਅਸਰ ਪੈਣਾ ਸ਼ੁਰੂ ਹੋ ਗਿਆ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਜਾਂ ਹਿੰਦੀ ਦੀਆਂ ਫਿਲਮਾਂ ਰਿਲੀਜ਼ ਹੋਣੀਆਂ ਸੀ ਉਹ ਅੱਗੇ ਅਣਮਿੱਥੇ ਸਮੇਂ ਦੇ ਲਈ ਪਾੜਿਤ ਗਏਗਾ ਹੁਣ ਇਕੱਲੇ ਪੰਜਾਬ ਦੀ ਗੱਲ ਕਰਦੇ ਤਾਂ 50% ਕੈਪੈਸਿਟੀ ਦੇ ਨਾਲ ਸਿਨੇਮੇ ਖੁੱਲ ਸਕਦੇ ਆ ਜਦੋਂ 300 ਸੀਟ ਦੇ ਵਿੱਚੋਂ ਤੇ 150 ਸੀਟ ਹੀ ਭਰਨ ਦਾ ਐਲਾਨ ਪਹਿਲਾਂ ਕਰ ਦਿੱਤਾ ਗਿਆ ਤਾਂ ਫਿਰ ਸਿਨੇਮੇ ਦੇ ਵਿੱਚ ਆਉਣਾ ਕਿਹਨੇ ਆ ਮੰਨ ਲਓ ਤੁਸੀਂ ਆਪਣੇ ਭੈਣ ਭਰਾ ਆਪਣੀ ਪਤਨੀ ਆਪਣੇ ਬੱਚਿਆ ਆਪਣੀ ਦੋਸਤ ਦੇ ਨਾਲ ਫਿਲਮ ਦੇਖਣ ਜਾਂਦੇ ਆ ਜੇ ਇਹ ਗੱਲ ਕਹੀ ਜਾਵੇ ਕਿ ਇੱਕ ਸੀਟ ਛੱਡ ਕੇ ਦੂਜੀ ਤੇ ਬਹਿਣਾ ਇਦਾਂ ਖਿਲਰ ਕੇ ਬਹਿਣਾ ਤਾਂ ਮਤਲਬ ਤਾਂ ਇਹਦਾ ਇਹ ਅਜੇ ਕਿਸੇ ਨੇ ਫਿਲਮ ਦੇਖਣ ਜਾਣਾ ਹੀ ਨਹੀਂ ਸੋ ਜਿਹੜੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਸੀ ਜਿਨ੍ਹਾਂ ਦੇਗਾ ਇਹਨਾਂ ਡੰਡ ਦੇ ਵਿੱਚ ਤਰੀਕਾ ਲਿਖੀਆਂ ਸੀ ਇਹ ਸਾਰੀਆਂ ਦੀਆਂ ਸਾਰੀਆਂ ਅੱਗੇ ਪਾੜਤ ਗੰਗਾਂ ਜਨਵਰੀ ਮਹੀਨੇ ਦੇ ਵਿੱਚ ਗਿੱਪੀ ਗਰੇਵਾਲ ਦੀ ਜਿਹੜੀ ਪ੍ਰੋਡਕਸ਼ਨ ਕੰਪਨੀ ਹੰਮਲ 뮤직 ਉਹਦੇ ਵੱਲੋਂ ਪੋਸਟ ਦੀ ਫਿਲਮ ਰਿਲੀਜ਼ ਕੀਤੀ ਜਾਣੀ ਸੀ ਪਰ ਇਹ ਵੀ ਹੁਣ ਅੱਗੇ ਪਾਉਣੀ ਪੈਣੀ ਆ ਕਿਉਂਕਿ ਇਸ ਤੋਂ ਪਹਿਲਾਂ ਹੀ ਫਿਲਮ ਰਿਲੀਜ਼ ਹੋਣੀ ਸੀ ਉਦੋਂ ਵੀ ਕਰੋਨਾ ਮਹਾਮਾਰੀ ਕਰਕੇ ਇਹਨੂੰ ਅਣਮਿੱਥੇ ਸਮੇਂ ਲਈ ਅੱਗੇ ਪਾਉ ਇਸ ਲੜੀ ਦੇ ਵਿੱਚ ਹੈ ਜਿਹੜੀਆਂ ਕਿ ਹੁਣ ਅੱਗੇ ਪਾੜਤ ਗੰਗਾਂ ਯਾਨੀ ਕਿ ਸਿਨੇਮਾ ਜਗਤ ਤਾਬੇ ਆਉਂਦਾ ਆਉਂਦਾ ਇੱਕ ਵਾਰ ਫਿਰ ਝਟਕਾ ਖਾ ਗਿਆ ਸਲਮਾਨ ਖਾਨ ਦੇ ਵੱਲੋਂ 1998 ਦੇ ਵਿੱਚ ਜੋਧਪੁਰ ਦੇ ਵੱਲ ਰਾਜਸਥਾਨ ਦੇ ਵੱਲ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਗਿਆ ਸੀ ਇਹ ਮਾਮਲਾ ਹਾਲੇ ਤੱਕ ਅਦਾਲਤੀ ਘੁੰਮਣਘੇਰੀਆਂ ਦੇ ਵਿੱਚ ਫਸਿਆ ਹੋਇਆ ਕਦੇ-ਕਦਾਈਂ ਖਬਰ ਜੀ ਅੱਖਾਂ ਦੇ ਮੂਹਰ ਦੀ ਲੰਘਦੀ ਹੈ ਕਿ ਸਲਮਾਨ ਖਾਨ ਕੀ ਫਿਰਸੇ ਪੇਸ਼ੀ ਹੋਗੀ ਇਹ ਕੇਸ ਅਭੀ ਚੱਲ ਰਹਾ ਹੈ ਤੇ ਬੰਦਾ ਕਹਿ ਰਿਹਾ ਵੀ ਯਾਰ 98 ਦਾ ਕੇਸ ਆ ਹਲੇ ਤੱਕ ਕੇਸ ਚੱਲ ਰਿਹਾ ਹੈ ਉਹ ਫਿਲਮਾਂ ਕਰੀ ਜਾਂਦਾ ਗੱਲ ਕਿੱਥੇ ਆ ਕਿ ਆਮ ਬੰਦੇ ਨੂੰ ਇੰਨੀਆਂ ਰਿਆਇਤਾਂ ਮਿਲਦੀਆਂ ਪਰ ਚਲੋ ਕੋਈ ਗੱਲ ਨਹੀਂ ਇਸ ਮਾਮਲੇ ਦੇ ਉੱਤੇ ਕਾਨੂੰਨ ਆਪਣਾ ਕੀ ਕੰਮ ਕਰਦਾ ਇਹ ਉਹਨੇ ਦੇਖਣਾ ਪਰ ਜਿਹੜੀ ਜਾਣਕਾਰੀ ਆਈ ਆ ਉਹ ਇਹ ਆ ਕਿ ਜੋਧਪੁਰ ਦੇ ਵਿੱਚ ਪਿੰਡ ਹੈਗਾ ਕਾਂਕਣਾ ਉਸ ਕਾਂਕਣਾ ਪਿੰਡ ਦੇ ਵਿੱਚ ਸਲਮਾਨ ਖਾਨ ਦੇ ਵੱਲੋਂ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਗਿਆ ਸੀ ਉਸ ਕਾਂਕਣਾ ਪਿੰਡ ਦੇ ਵਿੱਚ ਤੇ ਆਲੇ-ਦੁਆਲੇ ਦੇ ਹੋਰ ਖੇਤਰਾ ਦੇ ਵਿੱਚ ਬਿਸ਼ਨੋਈ ਸਮਾਜ ਆ ਜਿਹੜਾ ਬਿਸ਼ਨੋਈ ਭਾਈਚਾਰਾ ਉਹਦੇ ਵੱਲੋਂ ਹੁਣ ਸਲਮਾਨ ਖਾਨ ਨੂੰ ਖਲਨਾਇਕ ਤੇ ਕਾਲੇ ਹਿਰਨ ਨੂੰ ਨਾਇਕ ਬਣਾਇਆ ਗਿਆ ਇਹ ਗੱਲ ਕਹੀ ਗਈ ਹੈ ਕਿ ਅਸੀਂ ਕਾਲੇ ਹਿਰਨਾਂ ਦਾ ਬਚਾਅ ਕਰਨਾ ਤੇ ਉਸ ਮਾਰੇ ਗਏ ਸ਼ਿਕਾਰ ਹੋਏ ਕਾਲੇ ਹਿਰਨ ਦਾ ਉੱਥੇ ਸਮਾਰਕ ਤਿਆਰ ਕੀਤਾ ਜਾ ਰਿਹਾ ਤਾਂ ਜੋ ਚੇਤੇ ਆਉਂਦਾ ਰਹੇ ਕਿ ਬਾਲੀਵੁੱਡ ਦੇ ਇੱਕ ਬੰਦੇ ਨੇ ਆ ਕੇ ਇਸ ਬੇਜ਼ੁਬਾਨ ਨੂੰ ਮਾਰਿਆ ਕਿਵੇਂ ਸੀ ਆਪਦੇ ਸ਼ਿਕਾਰ ਦੇ ਸ਼ੌਕ ਪੂਰਤੀ ਦੇ ਲਈ ਸੋ ਇਹ ਵੀ ਇੱਕ ਤਰੀਕਾ ਆਪਣੇ ਪਸ਼ੂਆਂ ਦੇ ਨਾਲ ਪੰਛੀਆਂ ਦੇ ਨਾਲ ਪਿਆਰ ਨੂੰ ਪ੍ਰਗਟਾਵੇ ਦਾ ਸੋ ਸਲਮਾਨ ਖਾਨ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਿਹੋ ਜੀ ਮੁਸ਼ਕਲ ਤੋਂ ਲੰਘੂ ਜਾਂ ਨਹੀਂ ਲੰਘੂ ਇਹ ਤਾਂ ਕਾਨੂੰਨ ਦੇ ਹੱਥ ਵਸਾ ਪਰ ਜਿਹੜਾ ਬਿਸ਼ਨੋਈ ਸਮਾਜ ਆ ਜਿਹੜਾ ਕਾਂਕਣਾ ਪਿੰਡ ਦੇ ਲੋਕ ਆ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਕੀਤਾ ਗਿਆ ਕਿ ਅਸੀਂ ਹੁਣ ਸਮਾਰਕ ਬਣਾਉਣ ਲੱਗੇ ਆ ਸਮਾਂ ਬਹੁਤ ਬਲਵਾਨ ਆ ਕੋਈ ਵੇਲਾ ਸੀ ਜਦੋਂ ਕੈਸਟਾਂ ਚੱਲਦੀਆਂ ਸੀ ਕੈਸਟਾਂ ਤੋਂ ਪਹਿਲਾਂ ਤਵਿਆਂ ਦਾ ਦੌਰ ਸੀ ਫਿਰ ਸੀੜੀ ਦਾ ਦੌਰ ਵੀ ਆਇਆ ਕੈਸਟਾਂ ਤੋਂ ਬਾਅਦ ਫਿਰ ਪਿੰਡ ਡਰਾਈਵ ਦਾ ਆ ਗਿਆ ਹੁਣ YouTube ਦਾ ਚੱਲਦਾ ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਕਿਹੜਾ ਕਿਹੜਾ ਦੌਰ ਆਉਣਾ ਪਰ ਜਿਹੜੇ ਜਿਹੜੇ ਲੋਕਾਂ ਨੇ ਕੈਸਟ ਵਾਲਾ ਦੌਰ ਹੰਡਾਇਆ ਮਾਣਿਆ ਸਵਾਦ ਲਿਆ ਉਹਨਾਂ ਗੀਤਾਂ ਦਾ ਉਹਨਾਂ ਨੂੰ ਬਾਜ ਸਿੰਘ ਬਾਜਨਾ ਦੇ ਇੱਕ ਗਾਇਕ ਦਾ ਚੇਤਾ ਜ਼ਰੂਰ ਆਉਂਦਾ ਹੋਣਾ ਜੇ ਉਹਦਾ ਚੇਤਾ ਨਹੀਂ ਆਉਂਦਾ ਤਾਂ ਫਿਰ ਇੱਕ ਗਾਣੇ ਦੇ ਬੋਲ ਜ਼ਰੂਰ ਚੇਤੇ ਆਉਂਦੇ ਹੋਣੇ ਕਿ ਆਹ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਵਾਂ ਨਹੀਂ ਇਹ ਗਾਣਾ ਉਦੋਂ ਅਟਪਟਾ ਚ ਲੱਗਦਾ ਸੀ ਅਸੀਂ ਵੀ ਨਿੱਕੇ ਹੁੰਦੇ ਸੀ ਤੁਸੀਂ ਵੀ ਉਸ ਵੇਲੇ ਹੋ ਸਕਦਾ ਕਈ ਦਰਸ਼ਕਾ ਜਿਹੜੇ ਉਹ ਉਮਰ ਦੇ ਪਹਿਲੇ ਪੜਾਅ ਦੇ ਵਿੱਚ ਹੋਣ ਕੋਈ ਬਚਪਨ ਚ ਹੋਵੇ ਕੋਈ ਉਦੋਂ ਜਵਾਨੀ ਚ ਹੋਵੇ ਹੁਣ ਅਧਕੜ ਹੋਵੇ ਪਰ ਉਦੋਂ ਇਸ ਗਾਣੇ ਨੂੰ ਗਾਉਣ ਵਾਲੇ ਦੇ ਉੱਤੇ ਹਾਸਾ ਜਾਂ ਵੀ ਆਉਂਦਾ ਸੀ ਤੇ ਗਾਣਾ ਵੈਸੇ ਬੜਾ ਮਸ਼ਹੂਰ ਹੋਇਆ ਵੀ ਆ ਬੈਠ ਬੁੜੇ ਦੇ ਟੰਗੇ ਤੇ ਤੈਨੂੰ ਸੈਰ ਕਰਾਵਾਂ ਨਹੀਂ ਬਾਬਾ ਮੈਂ ਤੇਰੇ ਟੰਗੇ ਤੋਂ ਪੈਦਲ ਹੀ ਚੰਗੀਆਂ ਇਹ ਦੋ ਗਾਣੇ ਸੀਗੇ ਸੋ ਉਸ ਗਾਇਕ ਦਾ ਅੱਜਕੱਲ ਬੁਰਾ ਹਾਲ ਆ ਉਹ ਜਿਹੜਾ ਗਾਇਕ ਆ ਉਹ ਦੋ ਗਾਣਾ ਗਾਇਕ ਬਾਜ ਸਿੰਘ ਬਾਜ ਆ ਉਹ ਇਸ ਵਕਤ ਆਰਥਿਕ ਤੌਰ ਦੇ ਉੱਤੇ ਝੰਬਿਆ ਪਿਆ ਪਿਛਲੇ ਨਹੀਂ ਸਾਡੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਇਹ ਗੱਲ ਕਹੀ ਆ ਕਿ ਲੋਕਡਾਊਨ ਦੇ ਕਰਕੇ ਤੇ ਗਾਇਕੀ ਦੇ ਬਦਲੇ ਸੋਹਜ ਸਵਾਦ ਦੇ ਕਰਕੇ ਮੇਰਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਦਿਹਾੜੀ ਦੱਪਾ ਜਾਣ ਤੋਂ ਵੀ ਮੈਂ ਆਵਾਜ਼ ਆ ਰਾ ਹੁਣ ਕਹਿਣ ਦਾ ਭਾਵ ਇਹ ਹੈ ਕਿ ਸਮੇਂ ਦੀ ਮਾਰ ਕਲਾਕਾਰਾਂ ਨੂੰ ਕਲਾਵਾਂ ਲੋਕਾਂ ਨੂੰ ਇਸ ਕਦਰ ਵੀ ਪ੍ਰਭਾਵਿਤ ਕਰਦੀ ਹੈ ਖਬਰਾਂ ਦੇ ਉੱਤੇ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫਤੇ ਮਨੋਰੰਜਕ ਦੁਨੀਆ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਰੋ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਮਿਹਰਬਾਨੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ